ਹੈਲੋ एवरीवन ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਵੀਡੀਓ ਬਿਲਕੁਲ ਇੰਪੋਰਟੈਂਟ ਰਹੇਗੀ ਜਿਦਾ ਕਿ ਆਪਾਂ ਨੂੰ ਪਤਾ ਹੈ ਕਿ 5994 ਜਿਹੜੀ ਪੋਸਟਾਂ ਨੇ ਗਵਰਨਮੈਂਟ ਵੱਲੋਂ ਆਊਟ ਕਰ ਦਿੱਤੀਆਂ ਗਈਆਂ ਨੇ ਠੀਕ ਹੈ ਈਟੀਟੀ ਦੀਆਂ ਤਾਂ ਬਹੁਤ سارے ਬੱਚੇ ਇਹਦੇ ਐਗਜ਼ਾਮ ਦੀ ਤਿਆਰੀ ਕਰਨ ਦੇ ਵਿੱਚ ਲੱਗ ਚੁੱਕੇ ਨੇ ਤਾਂ ਜੇਕਰ ਤੁਸੀਂ ਪੀਐਸਟੈਟ ਪੇਪਰ 1 ਕਲੀਅਰ ਕਰਿਆ ਹੈ ਚਾਹੇ ਤੁਸੀਂ ਬੀਐਡ ਕੈਂਡੀਡੇਟ ਹੋ ਜਾਂ ਫਿਰ ਤੁਸੀਂ ਈਟੀਟੀ ਕੈਂਡੀਡੇਟ ਹੋ ਤਾਂ ਇਹ ਵੀਡੀਓ ਜਿਹੜੀ ਹੈ ਤੁਹਾਡੇ ਲਈ ਹੈ ਬਿਲਕੁਲ ਠੀਕ ਹੈ ਤਾਂ ਵੀਡੀਓ ਨੂੰ ਪ੍ਰੋਪਰ ਸਹੀ ਤਰੀਕੇ ਨਾਲ ਐਂਡ ਤੱਕ ਜਰੂਰ ਦੇਖਿਓ ਠੀਕ ਹੈ ਕਿਸ ਤਰ੍ਹਾਂ ਇਸ एग्जाम ਦੀ ਤਿਆਰੀ ਕੀਤੀ ਜਾ ਸਕਦੀ ਹੈ ਠੀਕ ਹੈ ਕਿਹੜੇ ਕਿਹੜੇ ਟਾਪਿਕ ਨੇ ਕਿੰਨੇ ਕਿੰਨੇ ਨੰਬਰ ਦੇਣੇ ਠੀਕ ਹੈ ਤਾਂ ਉਹ ਸਾਰੇ ਤੇ ਗੱਲ ਕਰਾਂਗੇ ਆਪਾਂ ਬਿਲਕੁਲ ਟਾਰਗੇਟ ਆਪਾਂ 80 ਪਲੱਸ ਦਾ ਰੱਖਾਂਗੇ ਇਸ एग्जाम ਦੇ ਲਈ ਠੀਕ ਹੈ ਤਾਂ ਵੀਡੀਓ ਨੂੰ ਪ੍ਰੋਪਰ ਸਹੀ ਤਰੀਕੇ ਨਾਲ ਮੇਕ ਸ਼ੋਰ ਐਂਡ ਤੱਕ ਦੇਖਿਓ ਤਾਂ ਕਿ ਤੁਹਾਡਾ ਫਿਰ ਕਿਸੇ ਤਰ੍ਹਾਂ ਦਾ ਕੋਈ ਡਾਊਟ ਨਾ ਰਹੇ ਤਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਟਾਈਪ ਆਫ ਐਗਜ਼ਾਮ ਠੀਕ ਹੈ ਐਗਜ਼ਾਮ ਦਾ ਟਾਈਪ ਕਿਦਾਂ ਦਾ ਰਹੇਗਾ ਤਾਂ ਐਗਜ਼ਾਮ ਦਾ ਟਾਈਪ ਆ ਬਿਲਕੁਲ ਆਬਜੈਕਟਿਵ ਟਾਈਪ ਰਹੇਗਾ ਠੀਕ ਹੈ ਆਪਾਂ ਨੂੰ ਇੱਕ ਕੁਐਸਚਨ ਦਿੱਤਾ ਜਾਵੇਗਾ ਉਸ ਦੀਆਂ ਚਾਰ ਆਪਸ਼ਨਾਂ ਹੋਣਗੀਆਂ ਚਾਰ ਆਪਸ਼ਨਾਂ ਦੇ ਵਿੱਚੋਂ ਆਪਾਂ ਨੇ ਇੱਕ ਕਰੈਕਟ ਆਪਸ਼ਨ ਜਿਹੜੀ ਆ ਚੂਜ਼ ਕਰਨੀ ਹੋਵੇਗੀ ਠੀਕ ਹੈ ਤੇ ਨੰਬਰ ਆਫ ਟੋਟਲ ਕੁਐਸਚਨ ਕਿੰਨੇ ਹੋਣਗੇ 100 ਕੁਐਸਚਨ ਹੋਣਗੇ ਠੀਕ ਹੈ 100 ਨੰਬਰ ਦੇ ਮਤਲਬ ਕਿ ਇੱਕ ਕੁਐਸਚਨ ਦਾ ਆਪਾਂ ਨੂੰ ਇੱਕ ਨੰਬਰ ਮਿਲੇਗਾ ਇਸ ਐਗਜ਼ਾਮ ਦੇ ਵਿੱਚ ਤੇ ਜੇਕਰ ਗੱਲ ਕਰੀਏ ਟਾਈਮ ਡਿਊਰੇਸ਼ਨ ਦੀ ਕਿੰਨਾ ਟਾਈਮ ਮਿਲੇਗਾ ਇਸ ਐਗਜ਼ਾਮ ਠੀਕ ਹੈ ਮਤਲਬ ਕਿ 100 ਕੁਐਸਚਨ ਨੇ 100 ਹੀ ਨੰਬਰ ਦੇਣੇ ਤੇ ਟਾਈਮ ਵੀ ਆਪਾਂ ਨੂੰ 100 ਮਿੰਟ ਮਿਲਣਗੇ ਤਾਂ ਬਿਲਕੁਲ ਟਾਈਮ ਜਿਹੜਾ ਬਿਲਕੁਲ ਸਫੀਸ਼ੀਐਂਟ ਹੈ ਜੇਕਰ ਆਪਾਂ ਇਸ ਨੂੰ ਇੱਕ ਵਧੀਆ ਸਟ੍ਰੈਟੇਜੀ ਦੇ ਨਾਲ ਪ੍ਰੋਪਰਲੀ ਡੀਲ ਕਰਦੇ ਆ ਤਾਂ ਇਹ ਬਿਲਕੁਲ ਸਹੀ ਤਰੀਕੇ ਨਾਲ ਐਗਜ਼ਾਮ ਜਿਹੜਾ ਕਵਰ ਹੋ ਸਕਦਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਕਿੰਨੇ ਸਬਜੈਕਟ ਆਣਗੇ ਇਸ ਐਗਜ਼ਾਮ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ 6 6 ਸਬਜੈਕਟ ਦੇਖਣ ਨੂੰ ਮਿਲਣਗੇ ਆਪਾਂ ਨੂੰ ਇਸ ਐਗਜ਼ਾਮ ਦੇ ਵਿੱਚ ਠੀਕ ਹੈ ਕਿਹੜੇ-ਕਿਹੜੇ ਪੰਜਾਬੀ ਹੋ ਗਿਆ ਇੰਗਲਿਸ਼ ਹਿੰਦੀ ਸਾਇੰਸ ਐਸਐਸਟੀ ਐਂਡ ਮੈਥ ਠੀਕ ਹੈ ਇਹ ਬੇਸਿਕ ਛੇ ਸਬਜੈਕਟ ਦੇਖਣ ਨੂੰ ਮਿਲਣਗੇ ਆਪਾਂ ਨੂੰ ਇੱਕ ਐਗਜ਼ਾਮ ਦੇ ਵਿੱਚ ਤੇ ਜੇਕਰ ਗੱਲ ਕਰੀਏ ਨੰਬਰ ਆਫ ਵੇਟੇਜ ਆਫ ਸਬਜੈਕਟ ਠੀਕ ਹੈ ਕਿ ਕਿਹੜੇ ਸਬਜੈਕਟ ਕਿੰਨੇ ਨੰਬਰ ਦੇ ਆਣਗੇ ਤਾਂ ਦੇਖੋ ਇੱਕ ਸਾਇੰਸ ਤੇ ਇੱਕ ਮੈਥ ਇਹਨਾਂ ਦੋਹਾਂ ਸਬਜੈਕਟਾਂ ਦੀ ਜਿਹੜੀ ਵੇਟੇਜ ਆ ਉਹ 40 ਨੰਬਰ ਦੀ ਰਹੇਗੀ ਠੀਕ ਹੈ 20 ਨੰਬਰ ਦੀ ਆਪਣੀ ਸਾਇੰਸ ਆਏਗੀ ਤੇ 20 ਨੰਬਰ ਦਾ ਹੀ ਆਪਣਾ ਮੈਥ ਆਏਗਾ ਠੀਕ ਹੈ ਬਾਕੀ ਜੇਕਰ ਬਾਕੀ ਸਬਜੈਕਟ ਦੀ ਗੱਲ ਕਰੀਏ ਤਾਂ ਉਹ 15-15 ਨੰਬਰ ਦੇ ਆਣਗੇ ਪੰਜਾਬੀ ਵੀ 15 ਨੰਬਰ ਦੀ ਆਏਗੀ ਇੰਗਲਿਸ਼ ਵੀ 15 ਹਿੰਦੀ ਵੀ 15 ਤੇ ਆਪਣੇ ਐਸਐਸਟੀ ਵੀ 15 ਠੀਕ ਹੈ ਲੇਕਿਨ ਸਾਇੰਸ ਔਰ ਮੈਥ ਜਿਹੜੇ ਨੇ ਦੋਨੋਂ ਵੀ ਵੀ ਨੰਬਰ ਦੇ ਹੋਣਗੇ ਤਾਂ ਟੋਟਲ ਆਪਣੇ ਕਿੰਨੇ ਹੋਗੇ 100 ਨੰਬਰ ਠੀਕ ਹੈ 100 ਕੁਐਸਚਨ ਦਾ ਐਗਜ਼ਾਮ ਹੈ ਤੇ 100 ਹੀ ਆਪਾਂ ਨੂੰ ਮਿੰਟ ਮਿਲਣਗੇ ਹੁਣ ਇਸ ਤੋਂ ਬਾਅਦ ਅੱਗੇ ਗੱਲ ਕਰਦੇ ਆਪਾਂ ਸਬਜੈਕਟ ਦੇ ਅੰਦਰ ਕਿਹੜੇ ਕਿਹੜੇ ਤਾਂ ਇਹ ਹੈਗਾ ਜੀ ਆਪਣਾ ਸਿਲੇਬਸ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਿਲਕੁਲ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਪੂਰਾ ਸਮਝਣ ਦੇ ਲਈ ਠੀਕ ਹੈ ਮੈਂ ਤੁਹਾਨੂੰ ਚੰਗੀ ਚੰਗੀ ਤਰ੍ਹਾਂ ਹਰੇਕ ਗੱਲ ਦੱਸਾਂਗੀ ਕਿ ਕਿਹੜਾ ਟੌਪਿਕ ਆਪਾਂ ਨੇ ਕਿੱਥੋਂ ਕਵਰ ਕਰਨਾ ਹੈ ਤੇ ਕਿਸ ਤਰੀਕੇ ਨਾਲ ਕਰਨਾ ਹੈ ਠੀਕ ਹੈ ਤਾਂ ਸਭ ਤੋਂ ਪਹਿਲ ਗੱਲ ਕਰਦੇ ਆਂ ਪੰਜਾਬੀ ਦੀ ਪੰਜਾਬੀ ਆਪਣੇ ਕੋਲ 15 ਨੰਬਰ ਦੀ ਆਏਗੀ ਤੇ ਜੇਕਰ ਗੱਲ ਕਰੀਏ ਕਿਹੜੇ ਲੈਵਲ ਦੀ ਤਾਂ 12ਵੀਂ ਕਲਾਸ ਤੱਕ ਦੀ ਠੀਕ ਹੈ 12ਵੀਂ ਦਾ ਲੈਵਲ ਦਿੱਤਾ ਹੋਇਆ ਆਪਣੇ ਕੋਲ ਇੱਥੇ ਦੇਖ ਸਕਦੇ ਹੋ 12ਵੀਂ ਤੱਕ ਦੀ ਆਪਾਂ ਨੂੰ ਆਪਣੀ ਪੰਜਾਬੀ ਦੇਖਣ ਨੂੰ ਮਿਲੇਗੀ ਕਿਹੜੇ ਕਿਹੜੇ ਟੌਪਿਕ ਨੇ ਇਹਦੇ ਵਿੱਚ ਪਹਿਲੇ ਠੀਕ ਹੈ ਫਿਰ ਹੈਗਾ ਵਿਆਕਰਣ ਵਿਆਕਰਣ ਦੇ ਵਿੱਚ ਚਾਰ ਇਹਦੇ 파ਟ ਨੇ ਤੁਨੀ ਬੋ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਹੋ ਗਿਆ ਆਪਣਾ ਠੀਕ ਹੈ ਫਿਰ ਵਿਸ਼ਰਾਮ ਚਿੰਨ ਹੈ ਅੰਡਿੱਠਾ ਪੈਰਾ ਆ ਸਕਦਾ ਹੈ ਠੀਕ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਮੁਹਾਵਰੇ ਤੇ ਅਖਾਣ ਨੇ ਠੀਕ ਹੈ ਉਸ ਤੋਂ ਬਾਅਦ ਹੈ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਸਾਹਿਤ ਠੀਕ ਹੈ 8 ਟਾਪਿਕ ਨੇ ਤਾਂ 6 ਤੋਂ 7 ਟਾਪਿਕ ਇਹ ਜਿਹੜੇ ਨੇ ਬਿਲਕੁਲ ਇੰਪੋਰਟੈਂਟ ਨੇ ਜੇ ਤੁਸੀਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਕਰ ਲੈਣੇ ਹੋ ਤਾਂ ਤੁਹਾਡੇ 15 ਨੰਬਰ ਕੀਤੇ ਨਹੀਂ ਗਏ ਤੇ ਜੇਕਰ ਗੱਲ ਕਰੀਏ ਇਸ ਪੰਜਾਬੀ ਦੇ ਸਬਜੈਕਟ ਦੇ ਵਿੱਚੋਂ ਕਿਹੜੇ ਮੇਨ ਇੰਪੋਰਟੈਂਟ ਟਾਪਿਕ ਨੇ ਜਿਨ੍ਹਾਂ ਨੂੰ ਬਿਲਕੁਲ ਨਹੀਂ ਛੱਡਣਾ ਤਾਂ ਇੱਕ ਪਹਿਲੇ ਵਾਲਾ ਟਾਪਿਕ ਠੀਕ ਹੈ ਇੱਕ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਸਾਹਿਤ ਏ ਜਿਹੜੇ ਤਿੰਨ ਟਾਪਿਕ ਨੇ ਠੀਕ ਹੈ ਇਹ ਪਿਛ ਤੁਸੀਂ ਲਾਸਟ ਇਅਰ ਦਾ ਪ੍ਰੀਵਿਅਸ ਇਅਰ ਦੇਖਦੇ ਹੋ ਉਸ ਤੋਂ ਪਿਛਲਾ ਵੀ ਦੇਖੋ ਤਾਂ ਤੁਹਾਨੂੰ ਖੁਦ ਪਤਾ ਲੱਗ ਜੇਗਾ ਕਿ 7 ਤੋਂ 8 ਕੁਐਸਚਨ ਜਿਹੜੇ ਬਣਦੇ ਨੇ 15 ਨੰਬਰ ਚੋਂ ਉਹ ਇਹਨਾਂ ਤਿੰਨ ਟਾਪਿਕਾਂ ਚੋਂ ਬਣਦੇ ਨੇ ਠੀਕ ਹੈ ਤਾਂ ਇਸ ਕਰਕੇ ਇਹਨਾਂ ਤਿੰਨ ਟਾਪਿਕਾਂ ਨੂੰ ਨਹੀਂ ਛੱਡਣਾ ਹੈਗਾ ਠੀਕ ਹੈ ਬਿਲਕੁਲ ਇਹ ਤਿੰਨ ਇੰਪੋਰਟੈਂਟ ਟਾਪਿਕ ਨੇ ਇਹਨਾਂ ਨੂੰ ਸਹੀ ਤਰੀਕੇ ਨਾਲ ਕਵਰ ਕਰਨਾ ਹੈ ਠੀਕ ਹੈ ਤਾਂ ਇਹ ਸੀਗਾ ਆਪਣਾ ਪੰਜਾਬੀ ਦਾ ਉਸ ਤੋਂ ਬਾਅਦ ਜੇ ਗੱਲ ਕਰੀਏ ਇੰਗਲਿਸ਼ ਦੀ ਤਾਂ ਇੰਗਲਿਸ਼ ਵਿੱਚ ਆਪਾਂ ਨੂੰ 15 ਨੰਬਰ ਦੀ ਦੇਖਣ ਨੂੰ ਮਿਲੇਗੀ ਠੀਕ ਹੈ 15 ਨੰਬਰ ਦੀ ਇੰਗਲਿਸ਼ ਆਵੇਗੀ ਸਭ ਤੋਂ ਪਹਿਲਾਂ ਉੱਪਰ ਜੱਕਰ ਗੱਲ ਕਰੀਏ ਕੰਪਰੀਹੈਂਸ਼ਨ ਆਫ ਅਨਸੀਨ ਪੈਸੇਜ ਆਏਗਾ ਠੀਕ ਹੈ ਤੇ ਗ੍ਰਾਮਰ ਦੇ ਵਿੱਚ ਆਪਾਂ ਨੂੰ ਆਰਟੀਕਲ ਦੇਖਣ ਨੂੰ ਮਿਲਣਗੇ ਪ੍ਰੈਪੋਜੀਸ਼ਨ ਡਿਟਰਮੀਨਰ ਕਨਜੰਕਸ਼ਨ ਹੋ ਗਿਆ ਮੋਡਲਸ ਹੋ ਗਿਆ ਠੀਕ ਹੈ ਤੇ 에ਰਰ ਕਰੈਕਸ਼ਨ ਹੋ ਗਿਆ ਵਰਡ ਜਾਂ ਸੈਂਟੈਂਸਸ ਦੀ ਤੇ ਯੂਜ਼ ਆਫ ਟੈਂਸਸ ਹੋ ਗਿਆ ਵਾਇਸ ਹੋ ਗਿਆ ਟੈਂਸਸ ਅਤੇ ਵਾਇਸ ਦੇ ਵਿੱਚੋਂ ਲਾਸਟ ইয়ার 3 ਕੁਐਸਚਨ ਸੀਗੇ ਤੁਸੀਂ ਦੇਖ ਲਿਓ ਪ੍ਰੀਵੀਅਸ ইয়ার ਮੈਂ ਤੁਹਾਨੂੰ ਸੋਲਵ ਕਰਾਵਾਂਗੀ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਤਾਂ ਵਾਇਸ ਤੇ ਟੈਂਸਸ ਜਿਹੜ ਨੇ 3 ਨੰਬਰ ਦੇ ਦੇਖਣ ਨੂੰ ਮਿਲੇ ਨੇ ਆਪਾਂ ਨੂੰ ਉਸ ਤੋਂ ਬਾਅਦ ਜੇ ਗੱਲ ਕਰੀਏ ਟਰਾਂਸਫਾਰਮੇਸ਼ਨ ਆਫ ਸੈਂਟੈਂਸਸ ਦੇ ਵੀ ਦੋ ਕੁਐਸਚਨਸ ਸੀਗੇ ਠੀਕ ਹੈ ਪੰਜਾਬੀ ਦੇ ਵਿੱਚ ਚੇਂਜ ਕਰਨਾ ਸੀ ਉਹਨਾਂ ਨੂੰ ਟਰਾਂਸਲੇਟ ਕਰਨਾ ਸੀ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਵੋਕੈਬਲਰੀ ਦੀ ਤਾਂ ਵਨ ਵਰਡ ਸਬਸਟੀਟਿਊਸ਼ਨ ਆਣਗੇ ਠੀਕ ਹੈ ਐਂਟੋਨੀਮ ਸਿਨੋਨੀਮ ਪਿਛਲੀ ਵਾਰ ਤਿੰਨ ਤੋਂ ਚਾਰ ਆਏ ਸੀਗੇ ਠੀਕ ਹੈ ਜੇਕਰ ਉਸ ਤੋਂ ਪਿਛਲੀ ਵਾਰ ਗੱਲ ਕਰੀਏ ਤਾਂ ਸਿਰਫ ਦੋ ਆਏ ਸੀ ਲੇਕਿਨ ਜਿਹੜਾ ਹੁਣ ਲਾਸਟ ਈਅਰ ਹੋਇਆ ਆਪਣੇ ਕੋਲ ਤਾਂ ਉਹਦੇ ਵਿੱਚ ਆਪਾਂ ਨੂੰ ਚਾਰ ਸਿਨੋਨੀਮ ਐਂਟੋਨੀਮ ਦੇਖਣ ਨੂੰ ਮਿਲੇ ਸੀ ਠੀਕ ਹੈ ਤੇ Idiom and Phrases ਤਾਂ ਇਹ ਟੋਪਿਕ ਜਿਹੜੇ ਨੇ ਆਪਣੇ ਵੋਕੈਬਲਰੀ ਦੇ ਨੇ ਠੀਕ ਹੈ ਉਸ ਤੋਂ ਬਾਅਦ ਟ੍ਰਾਂਸਲੇਸ਼ਨ ਆਪਾਂ ਨੂੰ ਪੰਜਾਬੀ ਟੂ ਇੰਗਲਿਸ਼ ਵੀ ਆ ਸਕਦੀ ਹੈ ਇੰਗਲਿਸ਼ ਟੂ ਪੰਜਾਬੀ ਵੀ ਆ ਸਕਦੀ ਹੈ ਠੀਕ ਹੈ ਤਾਂ ਇਹਦਾ ਜਿਹੜਾ ਲੈਵਲ ਹੈ ਇਹ ਵੀ ਆਪਣੇ ਕੋਲ 12ਵੀਂ ਤੱਕ ਦਾ ਰਹੇਗਾ 12ਵੀਂ ਤੱਕ ਦਾ ਜਸਟ ਲਿਖਿਆ ਹੋਇਆ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਗ੍ਰਾਮਰ ਤਾਂ ਉਹੀ ਆਪਣੀ ਚਾਹੀਏ ਆਪਾਂ ਟੈਂਸਸ ਦੀ ਗੱਲ ਕਰੀਏ ਚਾਹੇ ਵਾਇਸ ਨਰੇਸ਼ਨ ਦੀ ਗੱਲ ਕਰੀਏ ਠੀਕ ਹੈ ਜਾਂ ਸਿਨੋਨੀਮ ਮੈਂਟੋਨੀਮ ਮੀਡੀਅਮ ਫਰੇਸਿਸ ਜੋ ਆ ਵੀ ਹੋ ਗਿਆ ਠੀਕ ਹੈ ਤਾਂ ਇਹਦਾ ਜਿਹੜਾ ਲੈਵਲ ਹੈ 12ਵੀਂ ਤੱਕ ਦਾ ਰਹੇਗਾ ਤਾਂ ਜਿਹੜੀ ਇੰ ਨਾਲ ਕਵਰ ਕਰਨਾ ਹੈ ਠੀਕ ਹੈ ਤਾਂ ਨੈਕਸਟ ਦੇਖਦੇ ਹਾਂ ਆਪਣੇ ਕੋਲ ਨੈਕਸਟ ਆਏਗਾ ਆਪਣੇ ਕੋਲ ਹਿੰਦੀ ਠੀਕ ਹੈ ਹਿੰਦੀ ਦੇ ਦਾ ਨੰਬਰ ਦੇਖੋ ਕਿਤੇ ਨਹੀਂ ਜਾਣਦੇ ਨੇ ਤੁਸੀਂ ਨੇ ਠੀਕ ਹੈ ਇੱਕ ਪੰਜਾਬੀ ਜੇ ਤੁਸੀਂ ਹਿੰਦੀ ਪੰਜਾਬੀ ਇੰਗਲਿਸ਼ ਤੇ ਐਸਐਸਟੀ ਇਹਨਾਂ ਚਾਰਾਂ ਦੇ ਵਿੱਚੋਂ ਘੱਟੋ-ਘੱਟ 15 15 ਨੂੰ ਲੱਗ ਰੱਖ ਕੇ ਮੰਨ ਲਓ 13-13 ਨੰਬਰ ਵੀ ਸਕੋਰ ਕਰ ਲਓ ਤਾਂ ਤੁਸੀਂ ਆਪ ਦੇਖ ਸਕਦੇ ਹੋ ਤੁਹਾਡਾ ਅੱਧਾ ਪੇਪਰ ਤਾਂ ਉੰਜ ਹੀ ਕਲੀਅਰ ਹੋ ਜਾਊਗਾ ਠੀਕ ਹੈ ਤੇ ਬਾਕੀ ਮੈਥ ਸਾਇੰਸ ਦੇ ਵਿੱਚੋਂ ਤਾਂ ਤੁਸੀਂ ਨੰਬਰ ਕੱਢੋਗੇ ਹੀ ਤਾਂ ਤੁਸੀਂ 80 ਪਲੱਸ ਦਾ ਆਰਾਮ ਨਾਲ ਲੈ ਜਾਓਗੇ ਠੀਕ ਹੈ ਜੇਕਰ ਤੁਸੀਂ ਇੱਕ ਵਧੀਆ ਸਟ੍ਰੈਟਜੀ ਦੇ ਨਾਲ ਤਿਆਰੀ ਕਰਦੇ ਹੋ ਠੀਕ ਹੈ ਤਾਂ ਹੁਣ ਹਿੰਦੀ ਦੀ ਗੱਲ ਕਰੀਏ ਹਿੰਦੀ ਦੇ ਵਿੱਚ ਸਭ ਤੋਂ ਪਹਿਲਾ ਟੌਪਿਕ ਦੇਖਣ ਨੂੰ ਮਿਲੇਗਾ ਭਾਸ਼ਾ ਔਰ ਲਿਪੀ ਠੀਕ ਹੈ ਉਸ ਤੋਂ ਬਾਅਦ ਵਰਣ ਵਿਚਾਰ ਆਪਣੇ ਕੋਲ ਠੀਕ ਹੈ ਵਰਣ ਵਿਚਾਰ ਤੋਂ ਬਾਅਦ ਜੇ ਗੱਲ ਕਰੀਏ ਸ਼ਬਦ ਵਿਚਾਰ ਹੋ ਗਿਆ ਤੇ ਫਿਰ ਵਿਕਾਰੀ ਸ਼ਬਦ ਅਵਕਾਰੀ ਸ਼ਬਦ ਪ੍ਰਾਇਵਾਚੀ ਤਤਸਮਤਦਭੂਪਸਰਗ ਪ੍ਰਤੀਏ ਹੋ ਗਿਆ ਅਨੇਕ ਸ਼ਬਦੋ ਕੇ ਲਈ ਇੱਕ ਸ਼ਬਦ अनेकार्थक शब्द ਵਿलोम शब्द ਠੀਕ ਹੈ ਤੇ ਸ਼ੁੱਧ ਸ਼ੁੱਧ ਵੀ ਆਣਗੇ ਬਿਲਕੁਲ ਚਾਹੀਓ ਵਾਕਏ ਦੇ ਹੋਣ ਚਾਹੀਓ ਕਿਸੇ ਇੱਕ ਵਰਡ ਦੇ ਹੋਣ ਠੀਕ ਹੈ ਮੁਹਾਵਰੇ ਲੋਕੱਤਿਆਂ ਤੇ ਪੰਜਾਬੀ ਸੇ ਹਿੰਦੀ ਮੇ ਅਨੁਵਾਦ ਠੀਕ ਹੈ ਲੇਕਿਨ ਜਿਹੜਾ ਇਹਦਾ ਲੈਵਲ ਹੈ ਉਹ ਹੈਗਾ ਜੀ 10th ਕਲਾਸ ਤੱਕ ਦਾ ਠੀਕ ਹੈ 10th ਕਲਾਸ ਤੱਕ ਦਾ ਆਪਾਂ ਨੂੰ ਲੈਵਲ ਦੇਖਣ ਨੂੰ ਮਿਲੇਗਾ ਆਪਣੇ ਹਿੰਦੀ ਦਾ ਠੀਕ ਹੈ ਤਾਂ ਬਿਲਕੁਲ ਇਹ ਬਹੁਤ ਜਿਹੜੇ ਟਾਪਿਕ ਨੇ ਭਾਸ਼ਾ ਲਿਪੀ ਵਰਣ ਵਿਚਾਰ ਸ਼ਬਦ ਵਿਚਾਰ ਇਹ ਸਾਰੇ ਆਪਾਂ ਨੂੰ ਇੱਕ ਵਧੀਆ ਤਰੀਕੇ ਨਾਲ ਕਰਾਵਾਂਗੇ ਤੁਹਾਨੂੰ ਇਸ ਚੈਨਲ ਤੇ ਠੀਕ ਹੈ ਤਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੁਹਾਨੂੰ ਹੀ ਫਾਇਦਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰੇ ਦਾ ਆਪਾਂ ਸਾਰੇ ਟਾਪਿਕ ਚਾਹੇ ਉਹ ਹਿੰਦੀ ਦੇ ਨੇ ਚਾਹੇ ਪੰਜਾਬੀ ਇੰਗਲਿਸ਼ ਨੇ ਜਾਂ ਫਿਰ ਐਸਐਸਟੀ ਸਾਇੰਸ ਹੋ ਗਿਆ ਠੀਕ ਹੈ ਸਾਰੇ ਹੀ ਸਬਜੈਕਟਾਂ ਦੀ ਪ੍ਰੋਪਰ ਤਰੀਕੇ ਨਾਲ ਵੀਡੀਓਜ਼ ਡੇਲੀ ਟਾਪਿਕ ਵਾਈਜ਼ ਅਪਲੋਡ ਕਰਾਂਗੇ ਤਾਂ ਉਹਦਾ ਤੁਹਾਨੂੰ ਹੀ ਫਾਇਦਾ ਹੋਵੇਗਾ ਠੀਕ ਹੈ ਤਾਂ ਇਸ ਕਰਕੇ ਚੈਨਲ ਨੂੰ ਜਰ ਸਬਸਕ੍ਰਾਈਬ ਕਰ ਲਿਓ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇਹ ਹੈਗਾ ਸੀਗਾ ਆਪਣਾ ਹਿੰਦੀ ਦਾ ਠੀਕ ਹੈ ਹਿੰਦੀ ਦਾ ਸਿਲੇਬਸ 15 ਨੰਬਰ ਦਾ ਹੈ ਲੈਵਲ ਇਹਦਾ 10th ਲੈਵਲ ਤੱਕ ਰਹੇਗਾ ਠੀਕ ਹੈ ਸਕਰੀਨਸ਼ਾਟ ਲੈ ਲਿਓ ਤੁਸੀਂ ਇਹਦਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਮੈਥ ਦੀ ਠੀਕ ਹੈ ਮੈਥ ਵੀ ਆਪਣਾ 20 ਨੰਬਰ ਦਾ ਦੇਖਣ ਨੂੰ ਮਿਲੇਗਾ ਆਪਾਂ ਨੂੰ ਠੀਕ ਹੈ ਮੈਥ ਤੇ ਸਾਇੰਸ ਦੋਨੋਂ ਆਪਾਂ ਨੂੰ 20 ਨੰਬਰ ਦੇ ਦੇਖਣ ਨੂੰ ਮਿਲਣਗੇ ਇਹਦੇ ਵਿੱਚ ਜਿਹੜੇ ਟਾਪਿਕ ਨੇ ਸੰਖਿਆ ਪ੍ਰਣਾਲੀ ਹੋ ਗਿਆ, ਵਾਸਤਵਿਕ ਸੰਖਿਆਵਾਂ, ਬਹੁਪਦਿਆ ਹੋ ਗਿਆ ਠੀਕ ਹੈ, ਸਮੀਕਰਨਾਂ ਬਾਰੇ ਅੰਕਗਣਿਤਿਕ ਲੜੀਆਂ, ਰੇਖਾਵਾਂ ਤੇ ਕੋਣ ਚਤੁਰਭੁਜ ਠੀਕ ਹੈ ਤੇ ਉਸ ਤੋਂ ਬਾਅਦ ਰਚਨਾਵਾਂ, ਹੀਰੋ ਦਾ ਸੂਤਰ, ਚੱਕਰ ਨਾਲ ਸੰਬੰਧਿਤ ਖੇਤਰਫਲ, ਉਸ ਤੋਂ ਬਾਅਦ ਆ ਲਾਸਟ ਵਾਲਾ ਅંકડા ਵਿਗਿਆਨ ਤੇ ਸੰਭਾਵਨਾ ਠੀਕ ਹੈ ਪ੍ਰੋਬੈਬਿਲਟੀ ਤਾਂ ਪ੍ਰੋਬਬਿਲਟੀ ਤੋਂ ਤਾਂ 2003 ਕੁਐਸਚਨ ਦੇਖਣ ਨੂੰ ਮਿਲਦੇ ਨੇ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਵੀ ਜਿਹੜੇ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ ਟਾਪਿਕ ਨੇ ਤਾਂ ਉਹ ਦੇਖੋ ਹੀਰੋ ਦਾ ਸੂਤਰ ਹੋ ਗਿਆ ਇਹਦੇ ਚੋਂ ਤਾਂ ਕੁਐਸਚਨ ਆਉਂਦੇ ਹੀ ਆਉਂਦੇ ਨੇ ਠੀਕ ਹੈ ਤੇ ਸਮੀਕਰਨਾਂ ਵਾਲੇ ਚ ਵੀ ਆਉਂਦੇ ਨੇ ਠੀਕ ਹੈ ਤਾਂ ਸੰਭਾਵਨਾ ਇਹ ਵਾਲੇ ਟਾਪਿਕ ਜਿਹੜੇ ਨੇ ਥੋੜੇ ਜ਼ਿਆਦਾ ਇੰਪੋਰਟੈਂਟ ਰਹਿਣਗੇ ਠੀਕ ਹੈ ਤਾਂ ਇਹਨਾਂ ਨੂੰ ਵੀ ਜੇਕਰ ਆਪਾਂ ਵਧੀਆ ਤਰੀਕੇ ਨਾਲ ਚਾਹੀਏ ਤਾਂ ਕਵਰ ਕਰ ਸਕਦੇ ਹਾਂ ਤਾਂ ਇਹ ਸੀਗਾ ਮੈਥ ਦਾ ਉਸ ਤੋਂ ਬਾਅਦ ਇਹ ਗੱਲ ਕਰੀਏ ਸਾਇੰਸ ਦਾ ਠੀਕ ਹੈ साइंस की जेकर गल करिए अपने को सबजैक्ट सॉरी टॉपिक केडे केडे कि अपने साइंस के सब तो पहला आप फिजिक्स से दे देखते हैं अपने कोल मो मोशन है ठीक है फोर्स ऑफ लॉ ऑफ मोशन है ग्रेविटेशन हो गया वर्क एंड एनर्जी साउंड लाइट हो गया ठीक है इलैक्ट्रिसिटी मैगनेटिजम सोर्सिस ऑफ एनर्जी ਮੈਟਰ ਇਨ ਹਵਰਸ ਅੰਡਿੰਗਸ ਠੀਕ ਹੈ ਤਾਂ ਇਹ ਜਿਹੜੇ ਨੇ ਫਿਜ਼ਿਕਸ ਦੇ ਚੈਪਟਰ ਰਹਿਣਗੇ ਤੁਹਾਡੇ ਤਾਂ ਇਹ ਜਿਹੜੇ ਨੇ ਕਿਹੜੀ ਕਲਾਸ ਦੇ ਵਿੱਚ ਦੇਖਣ ਨੂੰ ਮਿਲਣਗੇ ਇਹ ਤੁਹਾਨੂੰ 9th 10th ਦੇ ਵਿੱਚ ਬੁੱਕ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਐਨਸੀਆਰਟੀ ਤਾਂ ਤੁਸੀਂ ਨੇ ਕਵਰ ਜ਼ਰੂਰ ਐਨਸੀਆਰਟੀ ਕਵਰ ਕਰਨੀ ਹੈ ਠੀਕ ਹੈ ਐਨਸੀਆਰਟੀ ਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾਂਦੇ ਨੇ ਇਹ ਨਾ ਹੋਵੇ ਤੁਸੀਂ ਦੁਨੀਆ ਜਹਾਨ ਭਰ ਦੇ ਮੌਕ ਟੈਸਟ ਲਈ ਜਾਓ ਤੇ ਐਨਸੀਆਰਟੀ ਕਰੋ ਨਾ ਜੇ ਤੁਸੀਂ ਐਨਸੀਆਰਟੀ ਨਹੀਂ ਕਰੀ ਤਾਂ ਤੁਹਾਡਾ ਪੇਪਰ ਨਹੀਂ ਕਲੀਅਰ ਹੁੰਦਾ ਤੁਸੀਂ ਬਿਲਕੁਲ ਖੁਦ ਫੀਲ ਕਰੋਗੇ ਕਿ ਐਨਸੀਆਰਟੀ ਕਿੰਨੀ ਇੰਪੋਰਟੈਂਟ ਹੈ ਠੀਕ ਹੈ ਤਾਂ 9th 10 15 ਟਾਪਿਕ ਨੇ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਣੇ ਕੋਲ ਕੈਮਿਸਟਰੀ ਦੀ ਠੀਕ ਹੈ ਤਾਂ ਕੈਮਿਸਟਰੀ ਦੇ ਵਿੱਚ ਆਪਾਂ ਨੂੰ ਐਟਮ ਐਂਡ ਮੋਲੀਕਿਊਲ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਕੈਮੀਕਲ ਰਿਐਕਸ਼ਨ ਐਸਿਡ ਬੇਸ ਐਂਡ ਸੋਲਟ ਮੈਟਲ ਐਂਡ ਨੋਨ ਮੈਟਲ ਕਾਰਬਨ ਐਂਡ ਇਸ ਕੰਪਾਊਂਡ ਤਾਂ ਜਿਹੜੀ ਕੈਮਿਸਟਰੀ ਆ ਉਹਦੇ ਚਾਰ ਤੋਂ ਪੰਜ ਟਾਪਿਕ ਨੇ ਠੀਕ ਹੈ ਜਿਹੜੇ ਕਿ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਇਸ ਦੇ ਵਿੱਚ ਠੀਕ ਹੈ ਇੰਨੇਕ ਟਾਪਿਕ ਨੇ ਇਹਦੇ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਬਾਇਓਲੋਜੀ ਦੀ ਠੀਕ ਹੈ ਬਾਇਓਲੋਜੀ ਤਾਂ ਆਸਾਨ ਰਹਿੰਦੀ ਹੈ ਜੇਕਰ ਆਪਾਂ ਵਧੀਆ ਤਰੀਕੇ ਨਾਲ ਕਰੀਏ ਪਰ ਇਹ ਬਹੁਤ ਜ਼ਿਆਦਾ ਵਾਸਟ ਹੈ ਠੀਕ ਹੈ ਥੋੜੇ ਜਿਹਾ ਟਾਪਿਕ ਨੇ ਇਹਦੇ ਵਿੱਚ ਲੇਕਿਨ ਇਹ ਬਹੁਤ ਜ਼ਿਆਦਾ ਵੱਡੇ ਵੱਡੇ ਨੇ ਮਤਲਬ ਜਿਵੇਂ ਆਪਾਂ ਨੂੰ ਦੋ ਦੋ ਪਾਰਟ ਦੇ ਵਿੱਚ ਕਰਾਂਗੇ ਤਾਂ ਜਾ ਕੇ ਉਹ ਹੋਣਗੇ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਨੂੰ ਦਾ ਫੰਡਮੈਂਟਲ ਯੂਨਿਟ ਆਫ ਲਾਈਫ ਸੈੱਲ ਬਾਰੇ ਹੋਏਗਾ ਠੀਕ ਹੈ ਸਾਰਾ ਕੁਝ ਟਿਸ਼ੂਜ਼ ਹੋ ਗਿਆ ਡਾਈਵਰਸਿਟੀ ਆਫ ਲਿਵਿੰਗ ਆਰਗਨਿਜ਼ਮ ਠੀਕ ਹੈ ਵਾਈਡ ਵਿ ਫਾਲ ਇਲ ਡਿਸੀਜ਼ ਦੀ ਗੱਲ ਕੀਤੀ ਜਾਵੇਗੀ ਇਸ ਚੈਪਟਰ ਦੇ ਵਿੱਚ ਰੈਚਰਲ ਰਿਸੋਰਸਸ ਹੋ ਗਿਆ ਠੀਕ ਹੈ ਤੇ ਇੰਪਰੂਵਮੈਂਟ ਇਨ ਫੂਡ ਰਿਸੋਰਸ ਕੰਟਰੋਲ ਐਂਡ ਕੋਆਰਡੀਨੇਸ਼ਨ ਵਾਲਾ ਚੈਪਟਰ ਠੀਕ ਹੈ ਰੀਪ੍ਰੋਡਕਸ਼ਨ ਇਨ ਆਰਗਨਿਜ਼ਮ ਹੈਰਿਡਿਟੀ ਬਾਰੇ ਤੇ ਹਿਊਮਨ ਆਈ ਬਾਰੇ ਠੀਕ ਹੈ ਤਾਂ ਆ ਜਿਹੜੇ ਜਿੰਨੇ ਵੀ ਚੈਪਟਰ ਨੇ ਨਾਈਂ ਸਾਇੰਸ ਦੇ ਇਹ ਤੁਹਾਨੂੰ 9th ਤੋਂ 10th ਦੀ ਕਲਾਸ ਦੇ ਵਿੱਚ ਆਰਾਮ ਨਾਲ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਤੇ ਇਹਦਾ ਜਿਹੜਾ ਲੈਵਲ ਹੈ ਉਹ ਵੀ 10th ਕਲਾਸ ਤੱਕ ਦਾ ਰਹੇਗਾ ਹੋ ਸਕਦਾ ਹੈ ਕੁਝ ਬੱਚੇ ਹੈ ਜੀ ਹੁਣ ਜਿਹੜੇ ਕਿ ਇਸ ਵੀਡੀਓ ਨੂੰ ਦੇਖ ਰਹੇ ਹੋਣ ਜਿਨ੍ਹਾਂ ਦਾ 2364 ਦੇ ਵਿੱਚ ਐਗਜ਼ਾਮ ਥੋੜੇ ਨੰਬਰਾਂ ਕਰਕੇ ਰਹਿ ਗਿਆ ਹੋਵੇਗਾ ਜਾਂ ਫਿਰ 6435 ਦੇ ਵਿੱਚ ਵੀ ਥੋੜੇ ਨੰਬਰਾਂ ਕਰਕੇ ਰਹਿ ਗਿਆ ਹੋਵੇਗਾ ਠੀਕ ਹੈ ਤਾਂ ਹੁਣ ਤੁਸੀਂ ਦੇਖੋ ਜੋ ਗਿਆ ਸੋ ਗਿਆ ਤਾਂ ਤੁਸੀਂ ਹੁਣ 5994 ਦੀ ਤਿਆਰੀ ਨੂੰ ਜੀ ਜਾਨ ਲਾ ਕੇ ਕਰ ਲਓ ਤੁਹਾਡਾ ਐਗਜ਼ਾਮ ਕਿਤੇ ਨਹੀਂ ਗਿਆ ਹੁਣ ਠੀਕ ਹੈ ਤਾਂ ਹੁਣ ਤੁਸੀਂ ਇਹਨੂੰ ਚੰਗੇ ਤਰੀਕੇ ਨਾਲ ਪ੍ਰੋਪਰ ਡੈਡੀਕੇਸ਼ਨ ਦੇ ਨਾਲ ਇਹਦੀ ਤਿਆਰੀ ਕਰੋਗੇ ਤਾਂ ਤਾਂ ਆਮ ਸ਼ੋਰ ਕਿ ਤੁਸੀਂ ਐਗਜ਼ਾਮ ਨੂੰ ਵਧੀਆ ਤਰੀਕੇ ਨਾਲ ਕਲੀਅਰ ਕਰੋਗੇ ਠੀਕ ਹੈ ਤਾਂ ਜਿਹੜਾ ਆਪਣਾ ਸਾਇੰਸ ਦਾ ਲੈਵਲ ਹੈ ਉਹ 10th ਤੱਕ ਦਾ ਰਹੇਗਾ ਠੀਕ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਸੋਸ਼ਲ ਸਾਇੰਸ ਦੀ ਐਸਐਸਟੀ ਦੀ ਤਾਂ ਉਹ ਵੀ ਆਪਾਂ ਨੂੰ 15 ਨੰਬਰ ਦੀ ਦੇਖਣ ਨੂੰ ਮਿਲੇਗੀ ਉਸ ਦੇ ਵਿੱਚ ਵੀ ਚਾਰ 파ਟ ਨੇ ਆਪਣੇ ਭੂਗੋਲ ਅਰਥ ਸ਼ਾਸਤਰ ਵਗੈਰਾ ਹੋ ਗਿਆ ਠੀਕ ਹੈ ਤਾਂ ਭੂਗੋਲ ਦੇ ਵਿੱਚ ਆਪਾਂ ਨੂੰ ਇਹ ਟੌਪਿਕ ਦੇਖਣ ਨੂੰ ਮਿਲਣਗੇ ਭਾਰਤ ਬਾਰੇ ਠੀਕ ਹੈ ਜਲਵਾਯੂ ਬਨਸਪਤੀ ਹੋ ਗਿਆ ਖਣਿਜ ਸਾਧਨ ਹੋ ਗਏ ਠੀਕ ਹੈ ਤੇ ਜਨਸੰਖਿਆ ਇਹ ਵੀ ਟੌਪਿਕ ਤੁਹਾਨੂੰ 9th ਤੋਂ 10th ਦੀ ਕਲਾਸ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਐਸਐਸਟੀ ਦੀ ਠੀਕ ਹੈ ਉਸ ਤੋਂ ਬਾਅਦ ਜੇ ਅਰਥ ਸ਼ਾਸਤਰ ਦੀ ਗੱਲ ਕਰੀਏ ਅਰਥ ਸ਼ਾਸਤਰ ਦੇ ਸਿਰਫ 4 ਲੈਸਨ ਨੇ ਠੀਕ ਹੈ ਇਹ ਵੀ 9th ਤੋਂ 10th ਬੁੱਕ 9th ਤੋਂ 10th ਕਲਾਸ ਤੱਕ ਦੀ ਬੁੱਕ ਜਿਹੜੀ ਹੈ ਸਿਸ਼ਟੀ ਦੀ ਉਹਦੇ ਵਿੱਚ ਹੈਗੇ ਨੇ ਠੀਕ ਹੈ ਅਰਥ ਸ਼ਾਸਤਰ ਦੇ ਇਸ ਦੇ ਵਿੱਚ ਆਪਾਂ ਨੂੰ ਖੇਤੀਬਾੜੀ ਉਦਯੋਗਾਂ ਬਾਰੇ ਠੀਕ ਹੈ ਤੇ ਬਾਕੀ ਅਰਥ ਸ਼ਾਸਤਰ ਦੀ ਬੇਸਿਕ ਬਾਰੇ ਪੁੱਛਿਆ ਜਾਊਗਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਇਤਿਹਾਸ ਦੀ ਲੇਕਿਨ ਜਿਹੜਾ ਅਰਥ ਸ਼ਾਸਤਰ ਦੇ ਚਾਹੇ ਟਾਪਿਕ 4 ਹੋਣ ਠੀਕ ਹੈ ਚਾਹੇ ਟਾਪਿਕ 4 ਨੇ ਪਰ ਜੇਕਰ ਤੁਸੀਂ ਇਹਨਾਂ ਨੂੰ ਪੜ੍ਹਨ ਲੱਗਦੇ ਹੋ ਤਾਂ ਇਹ ਬਹੁਤ ਜ਼ਿਆਦਾ ਵਾਸਟ ਚਲੀ ਜਾਂਦੀ ਹੈ 4 ਚੈ ਠੀਕ ਹੈ ਬੁੱਕ ਦੇ ਵਿੱਚ ਤਾਂ ਇਸ ਕਰਕੇ ਅਰਥ ਸ਼ਾਸਤਰ ਨੂੰ ਵੀ ਸਹੀ ਤਰੀਕੇ ਨਾਲ ਪੜ੍ਹਨਾ ਹੈ ਠੀਕ ਹੈ ਉਸ ਤੋਂ ਬਾਅਦ ਜੀ ਗੱਲ ਕਰੀਏ ਹਿਸਟਰੀ ਦੇ ਇਤਿਹਾਸ ਦੀ ਤਾਂ ਆਪਣੇ ਕੋਲ ਇਹ ਟਾਪਿਕ ਹੈਗੇ ਨੇ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਤੇ ਇਹਨਾਂ ਦੇ ਇਤਿਹਾਸ ਤੇ ਪ੍ਰਭਾਵ ਠੀਕ ਹੈ ਗੁਰੂ ਪੀਰੀਅਡ ਬਾਰੇ ਪੁੱਛਿਆ ਜਾਏਗਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਦਾ ਸਾਰਾ ਗੁਰੂ ਪੀਰੀਅਡ ਠੀਕ ਹੈ ਕਿ ਇਹਨਾਂ ਨੇ ਕਿਹੜੀ ਚੀਜ਼ ਦੀ ਨੀਂਹ ਰੱਖੀ ਕਿਹੜੀ ਚੀਜ਼ ਕਿਨਾਂ ਦੁਆਰਾ ਕਰੀ ਗਈ ਠੀਕ ਹੈ ਸਾਰਾ ਪੁੱਛਿਆ ਜਾਏਗਾ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਇੱਕ ਪੂਰਾ ਲੈਸਨ ਹੈ ਠੀਕ ਹੈ ਬਾਬਾ ਬੰਦਾ ਸਿੰਘ ਬਹਾਦਰ ਹੋ ਗਏ ਤੇ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਤਾਂ ਇਹ ਜਿਹੜੇ ਸ਼ਿਵ ਵਿੱਚ ਪੰਜਾਬ ਦੀ ਦੇਣ ਤਾਂ ਇਹ ਜਿਹੜੇ ਲਾਸਟ ਵਾਲੇ ਦੋ ਟਾਪਿਕ ਨੇ ਇਹਨਾਂ ਦੇ ਵਿੱਚੋਂ ਲਾਸਟ ਇਅਰ ਵੀ ਕੁਐਸਚਨ ਆਏ ਸੀਗੇ ਉਸ ਤੋਂ ਪਿਛਲੇ ਸਾਲ ਵੀ ਕੁਐਸਚਨ ਆਈ ਸੀ ਠੀਕ ਹੈ ਤਾਂ ਬਿਲਕੁਲ ਇਹ ਸਾਰੇ ਹੀ ਟਾਪਿਕ ਇੰਪੋਰਟੈਂਟ ਨੇ ਹਿਸਟਰੀ ਦੇ ਆਪਾਂ ਵਧੀਆ ਤਰੀਕੇ ਨਾਲ ਹਿਸਟਰੀ ਨੂੰ ਕਵਰ ਕਰਾਂਗੇ ਸਾਰੀ ਹਿਸਟਰੀ ਆਪਾਂ ਨੇ ਕਵਰ ਕਰਨੀ ਹੈ ਸਹੀ ਤਰੀਕੇ ਨਾਲ ਠੀਕ ਹੈ ਬਿਲਕੁਲ ਤੁਹਾਨੂੰ ਟਾਪਿਕ ਦੇ ਨਾਲ ਨਾਲ ਚਾਹੇ ਪੂਰਾ ਮੰਨ ਲਓ ਆਪਾਂ ਪੂਰਾ ਚੈਪਟਰ ਛੇੜਾਂਗੇ ਠੀਕ ਹੈ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖ ਮਿਸਲਾਂ ਪੂਰਾ ਚੈਪਟਰ ਕਰਾ ਕੇ ਫਿਰ ਆਪਾਂ ਦੇ ਐਮਸੀਕਿਊ ਕਰਾਂਗੇ ਠੀਕ ਹੈ ਤਾਂ ਤੁਹਾਡਾ ਜਿਹੜਾ ਇੱਕ ਵੀ ਨੰਬਰ ਆਪ ਉਸ ਤੋਂ ਬਾਅਦ ਇਹ ਗੱਲ ਕਰੀਏ ਨਾਗਰਿਕ ਸ਼ਾਸਤਰ ਦੀ ਠੀਕ ਹੈ ਸਿਵਿਕਸ ਤਾਂ ਇਹਦਾ ਜ ਇਹਦੇ ਵਿੱਚ ਕੁਸ਼ਚਨ ਆਪਾਂ ਨੂੰ ਲੈਸਨ ਜਿਹੜੇ ਟਾਪਿਕ ਦੇਖਣ ਨੂੰ ਮਿਲਣਗੇ ਉਹ ਹੋਣਗੇ ਜੀ ਲੋਕਤੰਤਰ ਦਾ ਅਰਥ ਮਹੱਤਵ ਹੋ ਗਿਆ ਠੀਕ ਹੈ ਮੌਲਿਕ ਅਧਿਕਾਰ ਮੌਲਿਕ ਅਧਿਕਾਰ ਤਾਂ ਹਰੇਕ ਵਾਰ ਹੀ ਆਉਂਦੇ ਨੇ ਠੀਕ ਹੈ ਉਸ ਤੋਂ ਬਾਅਦ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਸੰਵਿਧਾਨ ਬਾਰੇ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਕਿਹੜੀ ਕਿਹੜੀ ਚੀਜ਼ ਸੰਵਿਧਾਨ ਦੇ ਕਿਹੜੇ ਕਿਹੜੇ ਭਾਗ ਦੇ ਵਿੱਚ ਹੈ ਪ੍ਰੋਪਰ ਕਦੋਂ ਦੀ ਸੰਵਿਧਾਨ ਦੀ ਕਦੋਂ ਲਾਗੂ ਕੀਤਾ ਗਿਆ ਠੀਕ ਹੈ ਕਿਹੜੇ ਡਰਾਫਟਿੰਗ ਕਮੇਟੀ ਦੇ ਮੈਂਬਰ ਸਨ ਸਾਰਾ ਪ੍ਰੋਪਰ ਸੰਵਿਧਾਨ ਬਾਰੇ ਪੁੱਛਿਆ ਜਾਏਗਾ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਣੇ ਇਸ ਕੇਂਦਰੀ ਸਰਕਾਰ ਰਾਜ ਸਰਕਾਰ ਬਾਰੇ ਠੀਕ ਹੈ ਭਾਰਤੀ ਲੋਕਤੰਤਰ ਦਾ ਸਰੂਪ ਹੋ ਗਿਆ ਤੇ ਭਾਰਤ ਦੀ ਵਿਦੇਸ਼ ਨੀਤੀ ਤੇ ਸੰਯੁਕਤ ਰਾਸ਼ਟਰ ਠੀਕ ਹੈ ਸੰਯੁਕਤ ਰਾਸ਼ਟਰ ਦੇ ਵਿੱਚ ਆਪਣਾ ਯੂਨਾਈਟਿਡ ਨੇਸ਼ਨ ਆਂਦਾ ਹੈ ਠੀਕ ਹੈ ਬਾਕੀ ਸਾਰਕ ਵਗੈਰਾ ਬਾਰੇ ਵੀ ਆਪਾਂ ਨੇ ਥੋੜਾ ਜਿਹਾ ਪੜ੍ਹਨਾ ਹੈ ਤਾਂ ਬਿਲਕੁਲ ਇਹ ਜਿਹੜੇ ਨੇ ਸਿਵਿਕਸ ਦੇ ਇੰਪੋਰਟੈਂਟ ਟਾਪਿਕ ਨੇ ਠੀਕ ਹੈ ਤਾਂ ਇਹਨਾਂ ਨੂੰ ਵੀ ਆਪਾਂ ਜੇ ਚਾਹੀਏ ਵਧੀਆ ਤਰੀਕੇ ਨਾਲ ਕਵਰ ਕਰ ਸਕਦੇ ਹਾਂ ਤਾਂ ਪੂਰੀ ਐਸਐਸਟੀ ਦਾ ਲੈਵਲ ਵੀ ਆਪਾਂ ਨੂੰ 10th ਤੱਕ ਦਾ ਦੇਖਣ ਨੂੰ ਮਿਲੇਗਾ ਠੀਕ ਹੈ 10th ਕਲਾਸ ਤੱਕ ਦੀ ਜਿਹੜੀ ਆਪਣੀ ਐਸਐਸਟੀ ਐਮ ਆ ਤੁਹਾਨੂੰ ਦੱਸਿਆ ਨਾ ਕਿ ਪੂਰੀ ਐਸਐਸਟੀ ਤੇ ਪੂਰੀ ਸਾਇੰਸ ਤੁ ਠੀਕ ਹੈ ਤਾਂ ਇਸ ਕਰਕੇ ਤੁਸੀਂ ਬੁక్స్ ਕਰ ਲਓ ਕੱਠੀਆਂ ਆਪਣੀ ਤਿਆਰੀ ਨੂੰ ਖਿੱਚ ਠੀਕ ਹੈ ਤਾਂ ਬਿਲਕੁਲ ਇੱਕ ਟਾਰਗੇਟ ਰੱਖ ਕੇ ਚੱਲਿਓ ਇਸ एग्जाम ਦੇ ਲਈ ਤਾਂ ਹੀ ਕਿਤੇ ਜਾ ਕੇ ਇਹ एग्जाम ਆਪਣਾ ਜਿਹੜਾ ਇਹ ਕਲੀਅਰ ਹੋਵੇਗਾ ਠੀਕ ਹੈ ਤਾਂ ਇਹ ਮੈਂ ਉਮੀਦ ਕਰਦੀ ਆ ਕਿ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਤੇ ਕਈ ਬੱਚੇ ਸੋਚ ਰਹੇ ਹੋਣਗੇ ਕਿ ਹਜੇ ਵੀ ਹੁਣੀ ਹੁਣ ਤਾਂ ਪੀਐਸਟੈਟ ਦੇ ਕੇ ਦੇ ਕੇ ਹਟਿਆ ਤੇ ਹੁਣੀ ਉਹ ਤਿਆਰੀ ਲੱਗ ਜਾਈਏ ਤਾਂ ਬਿਲਕੁਲ ਦੇਖੋ ਆਪਾਂ ਨੂੰ ਪੀਐਸਟੈਟ ਦੀ ਤਿਆਰੀ ਕਰਨ ਦੇ ਲਈ ਕਿੰਨਾ ਟਾਈਮ ਮਿਲਿਆ ਸੀ ਲਗਭਗ 1 ਮੰਥ ਠੀਕ ਹੈ ਤਾਂ ਆਪਾਂ ਨੂੰ ਨਹੀਂ ਪਤਾ ਕਿ ਸਰਕਾਰ ਕਦੋਂ ਪਰティ ਪੂਰੀ ਕਰੇ ਕਦੋਂ ਨਹੀਂ ਠੀਕ ਹੈ ਤਾਂ ਇਹ ਤਾਂ ਦੇਖੋ ਸਰਕਾਰ ਦੇ ਕੰਮ ਨਹੀਂ ਆਪਣਾ ਹੱਥ ਕੰਮ ਹੈ ਆਪਣਾ ਕੀ ਕੰਮ ਹੈ ਆਪਣੇ ਹੱਥ ਦੇ ਵਿੱਚ ਸਿਰਫ ਪੜ੍ਹਨਾ ਤੇ ਮਿਹਨਤ ਕਰਨੀ ਠੀਕ ਹੈ ਤਾਂ ਇਸ ਕਰਕੇ ਆਪਣੇ ਟੌਪਿਕ ਨੂੰ ਕਵਰ ਰੱਖੋ ਇਹ ਨਾ ਹੋਵੇ ਕਿ ਟਾਈਮ ਤੇ ਪਰ ਹੋਵੇ ਤਾਂ ਤੁਸੀਂ ਭੱਜਦੇ ਫਿਰੋ ਕਿ ਸਾਡਾ ਐਗਜ਼ਾਮ ਨਹੀਂ ਤਿਆਰ ਹੋਇਆ ਸਾਡੇ ਪੇਪਰ ਦੀ ਤਿਆਰੀ ਨਹੀਂ ਹੋਈ ਇਹ ਚੀਜ਼ ਨਾ ਕਰਿਓ ਠੀਕ ਹੈ ਤਾਂ ਸਿਲੇਬਸ ਤੁਹਾਨੂੰ ਦੱਸ ਦਿੱਤਾ ਹੈ ਮੈਂ ਪ੍ਰੋਪਰ ਉਸ ਤੋਂ ਬਾਅਦ ਮੈਂ ਇੱਕ ਸਟਰੈਟੇਜੀ ਵੀ ਬਣਾਵਾਂਗੀ ਠੀਕ ਹੈ ਅੱਗੇ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਜਿੱਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿਹੜਾ ਕਿਹੜਾ ਟੌਪਿਕ ਕਿੱਦਾਂ-ਕਿੱਦਾਂ ਕਵਰ ਕਰਨਾ ਹੈ ਵੈਸੇ ਮੈਂ ਬੇਸਿਕ ਦੱਸ ਚੁੱਕੀ ਹਾਂ ਠੀਕ ਹੈ ਤੇ ਇਸ ਕਰਕੇ ਇਹ ਸੀਗਾ ਇਹ ਸੀ ਅੱਜ ਦੀ ਸਿਲੇਬਸ ਦੀ ਵੀਡੀਓ ਠੀਕ ਹੈ ਤਾਂ ਇਸ ਕਰਕੇ ਜਿਹੜੀ 994 ਦੀ ਤਿਆਰੀ ਹੈ ਉਹ ਤੁਸੀਂ ਸਟਾਰਟ ਕਰ ਦਿਓ ਬਿਲਕੁਲ ਈਟੀਟੀ ਦੀ ਠੀਕ ਹੈ ਜੇਕਰ ਤੁਸੀਂ ਪੋਸਟਾਂ ਇਹ ਕਵਰ ਕਰਨੀਆਂ ਨੇ ਲੈਣੀਆਂ ਸੀਟ ਆਪਣੀ ਤਾਂ 994 ਦੀ ਤਿਆਰੀ ਜਿਹੜੀ ਹੈ ਸ਼ੁਰੂ ਕਰ ਦਿਓ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਠੀਕ ਹੈ ਹੌਲੀ-ਹੌਲੀ ਜੇ ਤੁਸੀਂ ਆਪਣੇ ਕਵਰ ਕਰਦੇ ਜਾਓਗੇ ਜਿੱਦਾਂ ਕਲੂ ਵਰਣ ਵਿਚਾਰ ਕਰ ਲਿਆ ਫਿਰ ਇਹਦੇ MCQ ਕਰ ਲੇ ਹੌਲੀ ਹੌਲੀ ਤੁਹਾਡੇ ਟਾਪਿਕ ਆਪਣੇ ਆਪ ਹੀ ਕਵਰ ਹੁੰਦੇ ਜਾਣਗੇ ਤਾਂ ਇਸ ਕਰਕੇ ਬਿਲਕੁਲ ਨਿਠੱਲੇ ਜਿਹਾ ਹੋ ਕੇ ਬੈਠ ਜਾਓ ਠੀਕ ਹੈ ਬਿਲਕੁਲ ਤਿਆਰੀ ਰੱਖੋ ਆਪਣੇ ਐਗਜ਼ਾਮ ਦੀ ਹੌਲੀ ਹੌਲੀ ਕਵਰ ਕਰਦੇ ਜਾਓ ਤੇ ਉਸ ਤੋਂ ਬਾਅਦ ਜੇਕਰ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਵੇ ਠੀਕ ਹੈ ਜਾਂ ਕਿਸੇ ਤਰ੍ਹਾਂ ਦਾ ਤੁਸੀਂ ਸੁਜੈਸ਼ਨ ਦੇਣਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਬੇਝ ਜੁਕੋ ਕੇ ਲਿਖ ਸਕਦੇ ਹੋ ਠੀਕ ਹੈ ਦੱਸ ਸਕਦੇ ਹੋ ਤੇ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਲੱਗੇ ਐਗਜ਼ਾਮ ਦੇ ਰਿਗਾਰਡਿੰਗ ਠੀਕ ਹੈ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਹ ਵਾਲਾ ਟਾਪਿਕ ਕਵਰ ਕਰਾਂਗੇ ਭਾਸ਼ਾ ਲਿਪੀ ਠੀਕ ਹੈ ਆਪਾਂ ਕਿੱਦਾਂ ਤਿਆਰੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਟਾਪਿਕ ਚੱਕ ਲੈਨੇ ਆ ਮੰਨ ਲਓ ਭਾਸ਼ਾ ਲਿਪੀ ਠੀਕ ਹੈ ਇਹਦਾ ਪੂਰਾ ਚੈਪਟਰ ਪੂਰੀ ਥਿਊਰੀ ਕਵਰ ਕਰਕੇ ਫਿਰ ਇਸਦੇ MCQ ਸੋਲਵ ਕਰਾਂਗੇ ਠੀਕ ਹੈ ਤਾਂ ਇਸ ਤਰ੍ਹਾਂ ਪੂਰਾ ਚੈਪਟਰ ਜਿਹੜਾ ਤੁਹਾਡਾ ਕਵਰ ਅਪ ਹੋ ਜਾਏਗਾ ਇੱਕ ਵੀ ਨੰਬਰ ਤੁਹਾਡਾ ਕਟਣ ਨਹੀਂ ਦੇਣਾ ਹੈਗਾ ਠੀਕ ਹੈ ਤਾਂ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਿਹੜਾ ਤੁਸੀਂ ਕਲਿੱਕ ਕਰਕੇ ਰੱਖਿਓ ਠੀਕ ਹੈ ਤਾਂ ਕਿ ਜਿੰਨੇ ਵੀ ਸਿਲੇਬਸ ਦੀ ਵੀਡੀਓਜ਼ ਨੇ ਉਹ ਤੁਹਾਨੂੰ ਟਾਈਮ ਸਿਰ ਮਿਲਦੀਆਂ ਰਹਣ ਠੀਕ ਹੈ ਤੇ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਇਹ ਸੀਗੀ ਅੱਜ ਦੀ ਵੀਡੀਓ ਉਮੀਦ ਕਰਦੀਆਂ ਕਿ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਠੀਕ ਹੈ ਤਾਂ ਵੀਡੀਓ ਦੇਖਣ ਦੇ ਲਈ ਤੁਹਾਡ